ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਆਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਨੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਉਸ ਸੱਜਣ ਨਾਮ ਦਾ ਮਨੁੱਖ ਆਪਣੀ ਘਰਵਾਲੀ ਦੇ ਨਾਲ ਉਸ ਨਗਰ ਦੇ ਵਿੱਚ ਵਾਸ ਕਰਦਾ ਸੀ ਇੱਕ ਖੇਤ ਦਾ ਛੋਟਾ ਜਿਹਾ ਟੁਕੜਾ ਸੀ ਉਹਦੇ ਉੱਤੇ ਦੋਵੇਂ ਜਣੇ ਕੰਮ ਕਰਕੇ ਤੇ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ ਜਿਸ ਘਰ ਦੇ ਵਿੱਚ ਰਿਹਾ ਕਰਦੀ ਸੀ ਉਹ ਘਰ ਕਾਫੀ ਪੁਰਾਣਾ ਸੀ ਮੀਂਹ ਦੇ ਦਿਨਾਂ ਵਿੱਚ ਅਕਸਰ ਉੱਚਾਆ ਕਰਦਾ ਸੀ ਪਰ ਉਹਨਾਂ ਦੋਨਾਂ ਦਾ ਪਰਮਾਤਮਾ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਸੀ ਹਰ ਸਮੇਂ ਕੋਈ ਵੀ ਕੰਮ ਕਰਦੇ ਪਰਮਾਤਮਾ ਦਾ ਨਾਮ ਲੈ ਕੇ ਹੀ ਕਰਦੇ ਉਹਨਾਂ ਦਾ ਜ਼ਿੰਦਗੀ ਦਾ ਇੱਕ ਨਿਯਮ ਸੀ ਉਹਨਾਂ ਰੋਜ਼ ਆਪਣੇ ਘਰ ਜੋਤ ਜ਼ਰੂਰ ਜਗਾਇਆ ਕਰਨੀ ਦੂਸਰਾ ਕੰਮ ਉਹਨਾਂ ਇਹ ਕਰਿਆ ਕਰਨਾ ਜੋ ਵੀ ਉਹਨਾਂ ਦਿਨ ਚ ਖੱਟਿਆ ਕਮਾਇਆ ਕਰਨਾ ਉਹਦਾ ਦਸਵਾਂ ਹਿੱਸਾ ਕੱਢ ਕੇ ਤੇ ਜਿੱਥੇ ਉਹਨਾਂ ਜੋਤ ਜਗਾਉਣੀ ਉਹਦੇ ਨਾਲ ਹੀ ਰੱਖ ਦਿਆ ਕਰਨੀ ਕਹਿੰਦੇ ਇਹ ਉਹਨਾਂ ਦੀ ਜ਼ਿੰਦਗੀ ਦਾ ਨਿਯਮ ਸੀ ਇਹ ਦੋ ਕੰਮ ਰੋਜ਼ ਕਰਿਆ ਕਰਦੇ ਸੀ ਪ੍ਰਸ਼ਾਦਾ ਖਾਣਾ ਭੁੱਲ ਸਕਦੇ ਸੀ ਪਰ ਕਰ ਜੋਤ ਜਗੋਣੀ ਤੇ ਦਸਵੰਦ ਕੱਢਣਾ ਰੋਜ਼ ਦਾ ਉਹ ਕਦੇ ਨਹੀਂ ਸਨ ਭੁੱਲਦੇ ਕਹਿੰਦੇ ਦਸਵੰਦ ਉਹ ਪ੍ਰਸ਼ਾਦੇ ਪਾਣੀ ਦੇ ਰੂਪ ਵਿੱਚ ਵੀ ਕੱਢਦੇ ਸਨ ਅਤੇ ਜੋ ਉਹਨਾਂ ਨੂੰ ਮਾਇਆ ਮਿਲਦੀ ਉਹਦੇ ਰੂਪ ਵਿੱਚ ਵੀ ਕੱਢਦੇ ਸਨ ਕਹਿੰਦੇ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਨਿਯਮ ਸੀ ਹੌਲੀ-ਹੌਲੀ ਕਹਿੰਦੇ ਦਿਨ ਜਿਹੜੇ ਸਨ ਉਹ ਲੰਘ ਗਏ ਸਨ ਇੱਕ ਦਿਨ ਸੱਜਣ ਕਾ ਆ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਇਸ ਵਾਰ ਫਸਲ ਬਹੁਤ ਜਿਆਦੀ ਸੋਹਣੀ ਹੈ ਤੇ ਆਪਣੇ ਸਾਰੇ ਦੁੱਖ ਦੂਰ ਹੋ ਜਾਣਗੇ ਪਰਮਾਤਮਾ ਨੇ ਆਪਣੇ ਤੇ ਮਿਹਰ ਕਰਨੀ ਉਹ ਕਹਿੰਦੀ ਜੀ ਤਾਂ ਚੰਗੀ ਗੱਲ ਹੈ ਕਹਿੰਦੇ ਕਿਉਂ ਨਾ ਐਵੇਂ ਕਰੀਏ ਵੀ ਜਿਹੜਾ ਛੱਤ ਆਪਣਾ ਹਰ ਸਮੇਂ ਬਾਰਿਸ਼ ਦੇ ਮੌਸਮ ਵਿੱਚ ਟਪਕਦਾ ਰਹਿੰਦਾ ਹੈ ਤੇ ਆਪਾਂ ਇੱਥੇ ਛੱਤ ਹੀ ਬਦਲ ਲਈਏ ਉਹ ਕਹਿੰਦੀ ਵੀ ਇੰਨੇ ਪੈਸੇ ਤਾਂ ਆਪਣੇ ਕੋਲ ਹੈ ਨਹੀਂ ਉਹ ਕਿੰਦਾ ਕੋਈ ਨਾ ਸੇਠ ਕੋਲ ਜਾਣਾ ਤੇ ਉੱਥੋਂ ਜਾ ਕੇ ਪੈਸੇ ਫੜ ਕੇ ਤੇ ਲੈ ਆਉਣਾ ਘਰ ਵਾਲੀ ਨੇ ਕਿਹਾ ਸੇਠ ਬਹੁਤ ਜ਼ਿਆਦਾ ਵਿਆਜ ਲਗਾਏਗਾ ਕਿੰਦਾ ਕੋਈ ਨਾ ਫਸਲ ਸੋਣੀ ਹੈ ਤੇ ਵਿਆਜ ਤੇ ਮੂਲ ਦੋਵੇਂ ਚੁਕਤਾ ਕਰ ਦਾਂਗੇ ਕਹਿੰਦੀ ਜਿਵੇਂ ਤੁਹਾਡੀ ਇੱਛਾ ਉਹ ਦੇਖ ਸੇਠ ਦੇ ਕੋਲ ਗਿਆ ਸੇਠ ਨੂੰ ਜਾ ਕੇ ਸਾਰੀ ਗੱਲ ਪਾਛ ਦਸੀ ਘਰ ਬਣਾਉਣਾ ਹੈ ਪੈਸਾ ਚਾਹੀਦਾ ਉਹ ਕਿੰਦਾ ਕੋਈ ਨਾ ਜੀ ਵਿਆਜ ਲੱਗੇਗੀ ਤੇ ਪੈਸਾ ਲੈ ਜਾਓ ਪਰ ਵਾਪਸ ਕਦੋਂ ਕਰੋਗੇ ਇਹ ਵੀ ਦੱਸੋ ਉਨੇ ਕਹਿਆ ਜੀ 2 ਮਹੀਨੇ ਨੂੰ ਫਸਲ ਪੱਕਣ ਵਾਲੀ ਹੈ ਉਦੋਂ ਤੁਹਾਨੂੰ ਚੁਕਤਾ ਕਰ ਜਾਵਾਂਗਾ ਇਹ ਕਹਿ ਕੇ ਤੇ ਉਸ ਤੋਂ ਪੈਸੇ ਲੈ ਕੇ ਸੇਠ ਤੋਂ ਉਹ ਘਰ ਜਾਣ ਲੱਗਦਾ ਹੈ ਕਿੰਦੇ ਅਗਲੇ ਦਿਨ ਹੀ ਨਾ ਬਹੁਤ ਜ਼ਿਆਦੀ ਹਨੇਰੀ ਮੀ ਇੰਨਾ ਜ਼ਿਆਦਾ ਆਇਆ ਵੀ ਕਹਿੰਦੇ ਉਹਦੇ ਨਾਲ ਉਹਦੀ ਸਾਰੀ ਫਸਲ ਜਿਹੜੀ ਸੀ ਖਰਾਬ ਹੋ ਗਈ ਹੁਣ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਕਿ ਕਦੋਂ ਉਹ ਕੀ ਕਰਨਗੇ ਪਰ ਉਹਦੇ ਪਿੱਛੇ ਕੁਝ ਨਾ ਕੁਝ ਮਨੋਖਲੀ ਚੰਗਾਈ ਲੁਕਿਆ ਹੁੰਦਾ ਹੈ ਕਿੰਦੇ ਹੁਣ ਜਿਹੜੀ ਛੱਤ ਸੀ ਉਹ ਬਹੁਤ ਜ਼ਿਆਦੀ ਚੌਣ ਲੱਗੀ ਜਦੋਂ ਛੱਤ ਵੀ ਬੜੀ ਜ਼ਿਆਦੀ ਚੌਣ ਲੱਗੀ ਉਧਰੋਂ ਫਸਲ ਵੀ ਖਰਾਬ ਹੋ ਗਈ ਕੁਝ ਪੈਸੇ ਉਹਨੇ ਫਸਲ ਨੂੰ ਦੁਬਾਰਾ ਖੜੀ ਕਰਨ ਲੱਗਿਆ ਲਗਾ ਦਿੱਤੇ ਭਾਵ ਖੇਤ ਵਿੱਚ ਦੁਬਾਰਾ ਫਸਲ ਲਿlai ਕੁਝ ਉਸ ਘਰ ਦੇ ਜਿਹੜਾ ਨਿਕਾ-ਨਿਕਾ ਸਮਾਨ ਸਾਰਾ ਤਹਿਸ ਨੈਸ ਹੋ ਗਿਆ ਸੀ ਉਸ ਤੇ ਲਗਾ ਦਿੱਤੇ ਛੱਤ ਦੇ ਉੱਤੇ ਫਿਰ ਵੀ ਉਹ ਚੰਗੀ ਛੱਤ ਨਾ ਪਈ ਪੈਸੇ ਸਾਰੇ ਐਵੇਂ ਖਰਚ ਹੋ ਗਏ ਹੁਣ ਕਰਦੇ ਕਰਦੇ 2 ਮਹੀਨੇ ਦਾ ਸਮਾਂ ਲੰਘ ਗਿਆ 2 ਮਹੀਨੇ ਬਾਅਦ ਉਹ ਸੇਠ ਉਹਦੇ ਘਰ ਆਇਆ ਸੇਠ ਨੇ ਕਿਹਾ ਵੀ ਤੂੰ ਇੰਨਾ ਸਮਾਂ ਲੈ ਕੇ ਪੈਸੇ ਲੈ ਕੇ ਆਇਆ ਸੀ ਹੁਣ ਮੇਰੀ ਅਧਾਰਾ ਰਾਸ਼ੀ ਹੈ ਨਾ ਉਹ ਅਦਾ ਕਰ ਉਹਨੇ ਸਾਰੀ ਗੱਲ ਦਸੀ ਵੀ ਸੇਠ ਜੀ ਫਸਲ ਤਾਂ ਸਾਰੀ ਖਰਾਬ ਹੋ ਗਈ ਘਰ ਦੀ ਛੱਤ ਵੀ ਜਿਹੜੀ ਸੀ ਉਹ ਵੀ ਸਾਰੀ ਖਰਾਬ ਹੋ ਗਈ ਪੈਸੇ ਤਾਂ ਮੇਰੇ ਐਵੇਂ ਲੱਗ ਗਏ ਹੁਣ ਫਸਲ ਅਗਲੀ ਹੋਵੇਗੀ ਤੇ ਪੈਸੇ ਵਾਪਸ ਕਰਾਂਗੇ ਸੇਠ ਨੇ ਕਿਹਾ ਨਹੀਂ ਜੋ ਵਾਦਾ ਕੀਤਾ ਸੀ ਉਸ ਹਿਸਾਬ ਨਾਲ ਤੂੰ ਮੈਨੂੰ ਪੈਸੇ ਦੇ ਉਹ ਕਹਿੰਦਾ ਜੀ ਕੋਈ ਨਹੀਂ ਮੈਂ ਪੈਸੇ ਦੇ ਦਾਂਗਾ ਸੇਠ ਨੇ ਕਿਹਾ ਇੱਕ ਹਫ਼ਤੇ ਦਾ ਸਮਾਂ ਦੇਨਾ ਇੱਕ ਹਫ਼ਤੇ ਚ ਪੈਸੇ ਨਾ ਦਿੱਤੇ ਤੇ ਆਹ ਘਰ ਵਾਲਾ ਜਿਹੜਾ ਥਾਂ ਤੇ ਜਿਹੜੀ ਤੇਰੀ ਜ਼ਮੀਨ ਦਾ ਟੁਕੜਾ ਹੈ ਇਹ ਮੇਰੇ ਹੋ ਜਾਣਗੇ ਇਹ ਕਹਿ ਕੇ ਸੇਠ ਉੱਥੇ ਚਲਾ ਗਿਆ ਹੁਣ ਸੱਜਣ ਤੇ ਉਹਦੀ ਘਰ ਵਾਲੀ ਉੱਥੇ ਬੈਠੇ ਰੋਣ ਲੱਗੇ ਉਹਦੀ ਘਰ ਵਾਲੀ ਕਹਿੰਦੀ ਪਰਮਾਤਮਾ ਅੱਗੇ ਅਰਦਾਸ ਕਰੋ ਹਰ ਇੱਕ ਚੀਜ਼ ਦਾ ਹੱਲ ਪਰਮਾਤਮਾ ਅੱਗੇ ਕੀਤੀ ਅਰਦਾਸ ਹੀ ਉਹ ਕਹਿੰਦਾ ਜੀ ਠੀਕ ਹੈ ਐਵੇਂ ਕਰਦੇ ਕਰਦੇ 2 ਦਿਨ ਦਾ ਸਮਾਂ ਲੰਘ ਗਿਆ ਉਹਨਾਂ ਦੇ ਘਰੋਂ ਇੱਕ ਸੰਤ ਜੀ ਤੇ ਇੱਕ ਉਹਨਾਂ ਦੇ ਘਰ ਵਾਲੀ ਉੱਥੋਂ ਲੰਘੇ ਜਾ ਰਹੇ ਸਨ ਸੰਤ ਜੀ ਕਹਿੰਦੇ ਗਿਆਨੀ ਜਾਨੀ ਜਾਣ ਹੁੰਦੇ ਸਾਰਾ ਮਨ ਦੀਆਂ ਜਾਣਦੇ ਉਹਨਾਂ ਦੇ ਘਰ ਅੱਗੇ ਆ ਕੇ ਤੇ ਕਿਹਾ ਦੋ ਪ੍ਰਸ਼ਾਦੀਆਂ ਦੇ ਆਸੇ ਉਹਨਾਂ ਘਰ ਬੁਲਾਇਆ ਜੋ ਰੁੱਖੀ ਮਿੱਸੀ ਹੈ ਸੀ ਤੇ ਉਹ ਖਾ ਲੇ ਸੰਤ ਜੀ ਨੇ ਪੁੱਛਿਆ ਵੀ ਤੁਸੀਂ ਇਹਨੇ ਦੁਖੀ ਕਿਉਂ ਕਹਿੰਦੇ ਜੀ ਐਵੇਂ ਸਾਡੇ ਨਾਲ ਇਹ ਪਾਣਾ ਵਾਪਰ ਕੇ ਸੰਤ ਜੀ ਕਹਿੰਦੇ ਜੇ ਇਹ ਵਾਪਰ ਗਿਆ ਨਾ ਕੋਈ ਨਾ ਤੁਸੀਂ ਆਪਣੇ ਖੇਤ ਜਾ ਉਥੇ ਸੱਤ ਤਰ੍ਹਾਂ ਦਾ ਅਨਾਜ ਭਾਵੇਂ ਉਹਦੇ ਵਿੱਚ ਮੌਸਮ ਅਨਸਾਰ ਕੋਈ ਸਬਜ਼ੀ ਫਲ ਜਾਂ ਕੁਝ ਵੀ ਅਨਾਜ ਤੁਸੀਂ ਸੱਤ ਤਰ੍ਹਾਂ ਦਾ ਆਪਣੇ ਖੇਤ ਵਿੱਚ ਜਾ ਕੇ ਲਾਓ ਤੇ ਉਸ ਤੋਂ ਬਾਅਦ ਪਰਮਾਤਮਾ ਭਲੇ ਕਰਨਗੇ ਉਹ ਕਹਿੰਦੇ ਜੀ ਫਸਲ ਤਾਂ ਬਰਬਾਦ ਹੋ ਗਈ ਜਿਹੜੀ ਜ਼ਮੀਨ ਉਹ ਹਜੇ ਖੇਤੀ ਕਰਨ ਲਈ ਤਿਆਰ ਨਹੀਂ ਹੈਗੀ ਸੰਤ ਜੀ ਕਹਿੰਦੇ ਕੋਈ ਨਾ ਤੁਸੀਂ ਜਾਓ ਤੁਸੀਂ ਸੱਤ ਤਰ੍ਹਾਂ ਦੇ ਉਥੇ ਵੱਖ-ਵੱਖ ਚੀਜ਼ਾਂ ਲਗਾਓ ਪਰਮਾਤਮਾ ਤੁਹਾਡੀ ਗਰੀਬੀ ਘਟ ਦੇਣਗੇ ਉਹ ਚਲੇ ਗਏ ਅਗਲੇ ਦਿਨ ਉੱਥੇ ਗਏ ਉਹਨਾਂ ਓਵੇਂ ਕੀਤਾ ਉਹਦੇ ਉਹਦੀ ਘਰ ਵਾਲੀ ਕਹਿੰਦੀ ਵੀ ਤੁਸੀਂ ਹੁਣ ਇੱਥੇ ਬੈਠ ਕੇ ਤੇ ਤੁਸੀਂ ਕਰ ਲਓ ਜੋ ਕੰਮ ਕਰਨਾ ਹੈ ਮੈਂ ਪ੍ਰਸ਼ਾਦਾ ਪਾਣੀ ਲੈ ਕੇ ਆਉਣੀ ਉਹ ਘਰ ਜਾਂਦੀ ਜਿੰਨਾਂ ਚਿਰ ਉਹ ਘਰ ਗਈ ਉਹ ਪਿੱਛੋਂ ਉਹਨੇ ਵਟਾ ਖਾ ਲਏ ਜੋ ਬਣਾਉਣੇ ਸਨ ਉਹ ਬਣਾਉਣ ਲੱਗਿਆ ਕਹਿੰਦੇ ਕਈ ਮਾਰਦੇ ਮਾਰਦੇ ਨੇ ਉਹਦੇ ਕਈ ਦੇ ਨਾਲ ਕੁਝ ਟਕਰਾਉਂਦਾ ਜਦੋਂ ਕਈ ਦੇ ਨਾਲ ਕੁਝ ਟਕਰਾਇਆ ਤੇ ਉਹਨੇ ਦੇਖਿਆ ਵੀ ਬੜਾ ਵੱਡਾ ਘੜਾ ਇੱਕ ਪਿੱਤਲ ਦਾ ਉਹਨੇ ਦੁਬਾਰਾ ਉੱਤੇ ਮਿੱਟੀ ਪਾ ਕੇ ਕਾਰ ਆ ਕੇ ਆਪਣੀ ਘਰ ਵਾਲੀ ਨੂੰ ਸੱਦ ਕੇ ਲੈ ਕੇ ਗਿਆ ਉਹਦੀ ਘਰ ਵਾਲੀ ਨੇ ਧੁੱਪ ਪੱਟ ਕੇ ਦੇਖਿਆ ਤੇ ਉਹ ਪਿੱਤਲ ਦਾ ਘੜਾ ਉਹਦੇ ਵਿੱਚ ਸਾਰੀਏ ਸੋਨੇ ਦੀਆਂ ਮੋਰਾ ਉਹ ਬੜਾ ਜ਼ਿਆਦਾ ਖੁਸ਼ ਹੋਏ ਉਹਨੂੰ ਦੱਬ ਕੇ ਚੁੰਨੀ ਦੇ ਪੱਲੇ ਨਾਲ ਤੇ ਘਰ ਲੈ ਕੇ ਆ ਗਈ ਜਦੋਂ ਘਰ ਲੈ ਕੇ ਆਏ ਤੇ ਕਹਿੰਦੇ ਵੀ ਪਰਮਾਤਮਾ ਨੇ ਆਪਣੀ ਸੋਲੀ ਉਸ ਸੰਤ ਜੀ ਨੇ ਕਿਹਾ ਸੀ ਵੀ ਉੱਥੇ ਸੱਤ ਤਰ੍ਹਾਂ ਦੇ ਅਨਾਜ ਅਗਾਓ ਤੇ ਉਹੀ ਤੁਹਾਡੀ ਗਰੀਬੀ ਕੱਟ ਦੇਗਾ ਤੇ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਦੇ ਕਹਿਣ ਦਾ ਭਾਵ ਕੀ ਹੈ ਕਹਿੰਦੇ ਇੰਨੇ ਨੂੰ ਉਹੀ सेठ ਆ ਗਏ ਜਦੋਂ ਸੇਠ ਆਇਆ ਤੇ ਉਹਨੇ ਕਿਹਾ ਜੀ ਮੇਰੇ ਬੰਦ ਦੀ ਰਾਸ਼ੀ ਅਦਾ ਕਰੋ ਅੱਜ ਤੇ ਇਨੇ ਦਿਨ ਹੋ ਗਏ ਨੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਕੋਲ ਹੀ ਆਉਣ ਲੱਗੇ ਸੀ ਤੁਸੀਂ ਸਾਨੂੰ 10 ਸੋਨੇ ਦੀਆਂ ਮੋਹਰਾਂ ਜਿਹੜੀਆਂ ਦਿੱਤੀਆਂ ਸੀ ਅਸੀਂ ਨਾਲ ਇੱਕ ਵਿਆਜ ਪਾਉਂਦੀ ਉਹ ਦੇ ਨਹੀਂ ਆ ਰਹੇ ਸੀ ਉਹਨੇ 11 ਸੋਨੇ ਦੀਆਂ ਮੋਹਰਾਂ ਇੱਕ ਕਪੜੇ ਚ ਲਪੇਟ ਕੇ ਤੇ ਉਹਨੂੰ ਦੇਤੀਆਂ ਹੁਣ ਸੇਠ ਕਹਿੰਦਾ ਵੀ ਮੈਂ ਜਾਨਣਾ ਚਾਹਨਾ ਕੱਲ ਪਰਸੋ ਤੱਕ ਕੁਝ ਨਹੀਂ ਸੀ ਅੱਜ ਇੰਨਾ ਕੁਝ ਕਿੱਥੋਂ ਆ ਗਿਆ ਉਹ ਕਹਿੰਦੇ ਜੀ ਇਹ ਸਾਰੀ ਉਸ ਪਰਮਾਤਮਾ ਦੀ ਦੇਣ ਹੈ ਉਹ ਪ੍ਰਮਾਤਮਾ ਨੇ ਸਾਨੂੰ ਸਾਡੇ ਸਿਦਕ ਤੇ ਸਬਰ ਦਾ ਫਲ ਦਿੱਤਾ। ਇਹ ਕਹਿ ਕੇ ਤੇ ਉਹ ਚਲ ਗਈਆਂ। ਪਰ ਸੇਠ ਨੂੰ ਇਹ ਗੱਲ ਹজম ਨਹੀਂ ਸੀ ਹੋਣ ਦੀ ਵੀ ਇਹਦੇ ਕੋਲੇ ਪੈਸਾ ਕਿੱਥੋਂ ਆਇਆ। ਸੇਠ ਨੇ ਕਹਿੰਦੇ ਉਸ ਸਮੇਂ ਦੇ ਜੋ ਰਾਜੇ ਦੇ ਕੋਲ ਜਾ ਕੇ ਸ਼ਿਕਾਇਤ ਕਰਤੀ। ਰਾਜੇ ਨੇ ਸੈਨਿਕ ਭੇਜੇ। ਉਹਨਾਂ ਕਿਹਾ ਜੀ ਤੁਸੀਂ ਚੋਰੀ ਕੀਤੀ। ਇਸ ਕਰਕੇ ਤੁਹਾਡੇ ਘਰ ਦੀ ਤਲਾਸ਼ੀ ਹੋਵੇਗੀ। ਉਹ ਕਹਿੰਦੇ ਜੀ ਅਸੀਂ ਚੋਰੀ ਨਹੀਂ ਕੀਤੀ। ਅਸੀਂ ਖੇਤ 'ਚ ਕੰਮ ਕਰਦੇ ਵੀ ਸੀ। ਉੱਥੋਂ ਸਾਨੂੰ ਲੱਭ ਗਿਆ। ਉਹ ਕਹਿੰਦੇ ਨਹੀਂ ਫਿਰ ਵੀ ਤੁਹਾਡੀ ਤਲਾਸ਼ੀ ਹੋਵੇਗੀ। ਉਹਨਾਂ ਸਾਰਾ ਕਰਤ ਜਿਹੜਾ ਸੀ ਉਹ ਛਾਨ ਮਾਰਿਆ ਕਿ ਤੋ ਕੁਝ ਨਾ ਲੱਭਿਆ ਉਹਨਾਂ ਨੂੰ ਇੱਕ ਮੰਜੇ ਥਲੋ ਉਹੀ ਘੜਾ ਲੱਭਿਆ ਉਹ ਜਦੋਂ ਘੜੇ ਨੂੰ ਉਹ ਹੱਥ ਲਾਉਣ ਲੱਗੇ ਜੋ ਵੀ ਇਹਨੂੰ ਹੱਥ ਲਾਉਂਦਾ ਉਹ ਅੰਨ੍ਹਾ ਹੋ ਜਾਂਦਾ ਕਹਿੰਦੇ ਜਦੋਂ ਉਹਨੇ ਕੋਲ ਸੇਠ ਵੀ ਗਿਆ ਤੇ ਸੇਠ ਨੇ ਹੱਥ ਲਾਇਆ ਤੇ ਉਹ ਵੀ ਅੰਨ੍ਹਾ ਹੋ ਗਿਆ ਕਹਿੰਦੇ ਇਸ ਤਰ੍ਹਾਂ ਉਹਨੂੰ ਦਿਖਣਾ ਹੀ ਬੰਦ ਹੋ ਗਿਆ ਉਦੋਂ ਹੀ ਉਥੋਂ ਉਹ ਸੰਤ ਜੀ ਲੰਘ ਕੇ ਜਾ ਰਹੇ ਸੀ ਉਸ ਸੰਤ ਜੀ ਨੇ ਕਿਹਾ ਕਿ ਕਦੇ ਵੀ ਕਿਸੇ ਨੂੰ ਜੋ ਵੀ ਤੋਂਦਾ ਉਹਦੇ ਘਰ ਹਮੇਸ਼ਾ ਹਨੇਰਾ ਹੀ ਪੈਂਦਾ ਹੈ ਤੇ ਤੁਸੀਂ ਵੀ ਇਹਨੂੰ ਤੋਣ ਆਏ ਸੀ ਤੇ ਹਨੇਰਾ ਹੀ ਹੋਵੇਗਾ ਉਸ ਸੰਤ ਜੀ ਦੇ ਚਰਨੀ ਪੈ ਕੇ ਸੰਤ ਜੀ ਨੇ ਕਿਹਾ ਗਿਆਨ ਤੇ ਸੁਖ ਵੰਡੋਗੇ ਤੇ ਹਰ ਪਾਸੇ ਚਾਨਣ ਮਿਲੇਗਾ ਦੁੱਖ ਵੰਡੋਗੇ ਤੇ ਹਰ ਪਾਸੇ ਹਨੇਰਾ ਤੇ ਜ਼ਿੰਦਗੀ ਵੀ ਹਨੇਰਾ ਹੋ ਜਾਵੇਗੀ ਸੰਤ ਜੀ ਨੇ ਇੰਨੇ ਬਚਨ ਕਹੇ ਤੇ ਉਥੋਂ ਚਲੇ ਗਏ ਇਸ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਕਿ ਜਦੋਂ ਆਪਾਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਹਾਂ ਤਾਂ ਪਰਮਾਤਮਾ ਹਰੇਕ ਹੀਲੇ ਵਸੀਲੇ ਆਪਣੇ ਦੁੱਖ ਦੂਰ ਕਰਦੇ ਨੇ ਜੋ ਆਪਣੇ ਘਰ ਦਸਵੰਦ ਰੂਪ ਕੱਢਦਾ ਹੈ ਪਰਮਾਤਮਾ ਉਹਦਾ ਕਈ ਗੁਣਾ ਤੇ ਕਈ ਲੱਖਾਂ ਗੁਣਾ ਕਰਕੇ ਆਪਣੇ ਤੱਕ ਮੋੜ ਦਿੰਦਾ ਹੈ ਜਦੋਂ ਆਪਾਂ ਆਪਣੇ ਘਰ ਪਰਮਾਤਮਾ ਦੇ ਨਾਮ ਦੀ ਜੋਤ ਰੋਜ਼ ਜਗਾਉਂਦੇ ਆ ਤੇ ਉਹਨੂੰ ਹਿਰਦੇ ਵਿੱਚ ਵੀ ਜਗਾਉਂਦੇ ਆ ਤਾਂ ਪਰਮਾਤਮਾ ਉਹ ਚਾਣਨ ਆਪਣੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੇ ਰੂਪ ਵਿੱਚ ਕਰ ਦਿੰਦਾ ਫਿਰ ਜਿੰਨੂੰ ਵੀ ਐਵੇਂ ਲੱਗਦਾ ਹੈ ਵੀ ਮੇਰੇ ਘਰ ਦੁੱਖ ਆ ਜਾਂ ਮੇਰੇ ਘਰ ਗਰੀਬੀ ਮੇਰੇ ਮਨ ਦੀ ਕਾਮਨਾ ਨਹੀਂ ਪੂਰੀ ਹੁੰਦੀ ਉਹ ਇਹ ਗਿਆਨ ਰੂਪੀ ਜੋਤ ਆਪਣੇ ਮਨ ਤੇ ਆਪਣੇ ਘਰ ਵਿੱਚ ਜ਼ਰੂਰ ਜਗਾਓ ਆਪਣੇ ਆਪਣੇ ਕਰੋ ਦਸਵੰਦ ਰੂਪ ਜ਼ਰੂਰ ਕੱਢੋ ਉਹ ਕਈ ਗੁਣਾ ਹੋ ਕੇ ਤੁਹਾਡੇ ਕੋਲ ਵਾਪਸ ਆ ਕੇ ਤੁਹਾਡੀ ਕਰ ਦੀ ਗਰੀਬੀ ਤੇ ਦੁੱਖ ਦੂਰ ਕਰ ਦਵੇਗਾ